हेलो एवरीवन, वेलकम यू ऑल इन योर ओन चैनल लर्न एवरीथिंग। सो आप मास्टर कैडर की तैयारी कर रहे हैं। मैं आज तुहानू क्रिस्टल सिस्टम जो सॉलिड स्टेट का पार्ट हैगा आ, ठीक है, उहदे विच सत तरह का साडा क्रिस्टल सिस्टम हुंदा आ, ठीक है, वह आप करन जा रहे हैं। लाइक हुण आप चलांगे सिलेबस के अकॉर्डिंग, ठीक है। थोड़ा जिहदा सॉलिड स्टेट हैगा ना, मैं तुहानू चंगी तरह सॉलिड स्टेट चो कवर कराऊंगी की इंपॉर्टेंट हैगा। ਆਪਾਂ ਹੁਣ ਸਿਲੇਬਸ ਦੇ ਅਕੋਰਡਿੰਗ ਚੱਲਾਂਗੇ, ਸੋਲਿਡ ਸਟੇਟ ਚੱਕਾਂਗੇ, ਉਹ ਪੂਰਾ ਸਾਰਾ ਕੰਪਲੀਟ ਕਰਾਂਗੇ। ਜੋ ਜੋ ਇੰਪੋਰਟੈਂਟ ਆ ਪਹਿਲਾਂ ਅਸੀਂ ਉਹਨੂੰ ਖਤਮ ਕਰ ਦਾਂਗੇ, ਠੀਕ ਆ। ਸੋ ਜਿਹੜੇ ਬਹੁਤ ਚਿਰ ਤੋਂ ਆਊਟ ਆਫ ਟੱਚ ਵੀ ਹੈਗੇ ਨੇ ਵਿਦ ਦਾ ਕੈਮਿਸਟਰੀ, ਨੋ ਪ੍ਰੋਬਲਮ, ਆਈ ਵਿਲ ਮੇਕ ਈਜ਼ੀ ਫੋਰ ਯੂ। ਬਹੁਤ ਈਜ਼ੀ ਹੋਏਗਾ, ਤੁਸੀਂ ਟੈਨਸ਼ਨ ਨਹੀਂ ਲੈਣੀ, ਤੁਸੀਂ ਜਸਟ ਫੋਕਸ ਕਰਨਾ ਜੋ ਮੈਂ ਕਹਿ ਰਹੀ ਹਾਂ, ਠੀਕ ਆ। ਉਸ ਅਕੋਰਡਿੰਗ ਚੱਲਿਓ, ਕੁਸ਼ਚਨ ਆਉਂਦੇ ਨੇ, ਮਤਲਬ ਸਮਾਰਟਲੀ ਵੀ ਇਹਨਾਂ ਚੀਜ਼ਾਂ ਨੂੰ ਕਰਨਾ ਆ, ਹੋ ਜਾਣੀਆਂ ਆ। ਸੋ ਡੋਂਟ ਵਰੀ, ਠੀਕ ਹੈ। ਸੋ ਟਰਸਟ ਔਨ ਮੀ ਐਂਡ ਕਰਦੇ ਆ, ਠੀਕ ਆ। ਸੋ ਜੋ ਕ੍ਰਿਸਟਲ ਸਿਸਟਮ ਸੋਲਿਡ ਸਟੇਟ ਦੇ ਵਿੱਚ ਸਾਡੇ ਕੋਲ ਆਉਂਦਾ ਹੈਗਾ ਆ ਕ੍ਰਿਸਟਲ ਸਿਸਟਮ, ਠੀਕ ਹੈ। ਫਸਟ ਆਫ ਆਲ, ਵਟ ਆਰ ਦਾ ਕ੍ਰਿਸਟਲਸ? ਐਕਚੁਲੀ ਸੋਲਿਡਸ ਦੀਆਂ ਵੀ ਅੱਗੇ ਫਾਰਮ ਆ। ਸੋਲਿਡ ਸਾਨੂੰ ਸਾਰਿਆਂ ਨੂੰ ਪਤਾ, ਸੋਲਿਡ ਕਦ ਤੋਂ ਬਣਿਆ? ਹਰ ਇੱਕ ਚੀਜ਼ ਦੇ ਅੰਦਰ ਪਾਰਟੀਕਲਸ ਹੈਗੇ ਨੇ ਨਾ, ਠੀਕ ਆ। ਜਦੋਂ ਪਾਰਟੀਕਲਸ ਜ਼ਿਆਦਾ ਅੰਦਰ ਖਿੱਚੇ ਹੋਏ ਹੁੰਦੇ, ਮਤਲਬ ਬਹੁਤ ਟਾਈਟਲੀ ਬਾਉਂਡ ਹੁੰਦੇ ਨੇ, ਅਸੀਂ ਉਹਨੂੰ ਸੋਲਿਡ ਬੋਲਦੇ ਨੇ। ਉਹ ਥੋੜੇ ਵੀਕ ਹੋ ਜਾਂਦੀਆਂ ਫੋਰਸਿਸ, ਤਾਂ ਆਪਾਂ ਲਿਕੁਇਡ ਕਹਿੰਦੇ, ਬਹੁਤ ਵੀਕ ਫੋਰਸਿਸ ਅਤੇ ਅਸੀਂ ਗੈਸਿਸ ਬੋਲਦੇ ਹਾਂ। ਹੁਣ ਸੋਲਿਡ ਦੇ ਅੰਦਰ ਵੀ ਕੀ ਹੁੰਦਾ ਆ, ਉਹ ਪਾਰਟੀਕਲ ਦੀ ਅਰੇਂਜਮੈਂਟ ਕਿੱਦਾਂ ਦੀ ਆ, ਉਹਦੇ ਅਕੋਰਡਿੰਗ ਅਸੀਂ ਉਹਨਾਂ ਨੂੰ ਕਹਿ ਦਿੰਦੇ ਕ੍ਰਿਸਟਲ ਜਾਂ ਅਮੋਰਫਸ। ਜੇ ਤਾਂ ਇੱਕ ਵਧੀਆ ਕੋਈ ਪੈਟਰਨ ਦੇ ਵਿੱਚ ਬਣੇ ਹੋਏ ਆ, ਤਾਂ ਉਹਨੂੰ ਆਪਾਂ ਕ੍ਰਿਸਟਲ ਕਹਿੰਦੇ ਆ। ਜੋ ਕੋਈ ਪੈਟਰਨ ਨਹੀਂ ਹੈਗਾ ਇੱਦਾਂ ਹੀ ਅੰਦਰ, ਮਤਲਬ ਪਾਰਟੀਕਲ ਦਾ ਕੋਈ ਡੈਫੀਨੇਟ ਅੰਦਰ ਪੈਟਰਨ ਨਹੀਂ ਬਣਿਆ, ਦੈਟ ਇਜ਼ ਅਮੋਰਫਸ। ਸੋ ਕ੍ਰਿਸਟਲ ਬਾਰੇ ਆਪਾਂ ਸਟੱਡੀ ਕਰਨਾ ਹੈਗਾ ਆ, ਠੀਕ ਹੈ। ਸੋ ਉਹਦੇ ਵਿੱਚ ਸਭ ਤੋਂ ਜੋ ਇੰਪੋਰਟੈਂਟ ਚੀਜ਼ ਹੈਗੀ, ਪਹਿਲਾਂ ਮੈਂ ਉਹ ਲੈ ਕੇ ਆਈ, ਸਾਡੇ ਕੋਲ ਸੱਤ ਤਰ੍ਹਾਂ ਦਾ ਕ੍ਰਿਸਟਲ ਸਿਸਟਮ ਹੁੰਦਾ। ਸੱਤ ਤਰ੍ਹਾਂ ਦਾ ਕੀ ਹੁੰਦਾ? ਕ੍ਰਿਸਟਲ ਸਿਸਟਮ ਡਿਪੈਂਡ ਕਰਦਾ ਉਹਦੇ ਐਕਸੀਅਲ ਡਿਸਟੈਂਸ ਤੇ, ਐਕਸੀਅਲ ਐਂਗਲ ਤੇ, ਠੀਕ ਹੈ। ਸੋ ਦੇਖ ਰਹੇ ਹਾਂ, ਦੇਖੋ ਜਿੱਦਾਂ ਫੋਰ ਐਗਜ਼ਾਮਪਲ, ਇਹ ਮੇਰੇ ਕੋਲ ਇੱਕ ਕਿਊਬਿਕ ਹੈ, ਠੀਕ ਹੈ। ਇਹਦੇ ਵਿੱਚ ਇਹ ਜਿਹੜੇ ਹੈਗੇ ਨੇ, ਇਹ ਐਕਸਿਸ ਹੈਗੇ ਨੇ, ਇਹਦਾ ਡਿਸਟੈਂਸ ਏ ਬੀ ਸੀ, ਇਹਨਾਂ ਵਿੱਚ ਐਂਗਲ ਜਿਹੜਾ ਹੋਏਗਾ ਐਕਸੀਅਲ ਐਂਗਲ, ਦੈਟ ਇਜ਼ ਅਲਫਾ, ਬੀਟਾ ਐਂਡ ਗਾਮਾ, ਠੀਕ ਹੈ। ਸੋ ਬੁੱਕ ਵੀ ਜਾ ਕੇ ਦੇਖਣਾ, ਇਹ ਚੀਜ਼ਾਂ ਜਿਹੜੀਆਂ ਸਿੰਪਲ ਹੈਗੀਆਂ ਨੇ, ਇਹਨੂੰ ਨੀ ਤੁਸੀਂ ਜਸਟ, ਮੈਂ ਤੁਹਾਨੂੰ ਦੱਸ ਦੇਣਾ ਕੀ ਇੰਪੋਰਟੈਂਟ ਆ, ਕਿੱਥੋਂ ਕੁਸ਼ਚਨ ਆ ਨਾ, ਜਸਟ ਮਾੜਾ ਮਾੜਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਮੈਂ ਕੋਈ ਡਰਾ ਕੀਤਾ, ਇਹ ਉਹਦਾ ਐਕਸੀਅਲ ਡਿਸਟੈਂਸ ਹੈਗਾ। ਚੰਗੀ ਤਰ੍ਹਾਂ ਜੇ ਮੈਂ ਇੱਥੇ ਦੇਖੋ, ਇੱਕ ਵਾਰੀ ਫੇਰ ਡਰਾ ਕਰ ਲੈਂਦੀ ਹਾਂ, ਇਹ ਮੈਂ ਕਿਊਬ ਬਣਾ ਲਿਆ ਹੋਇਆ, ਠੀਕ ਹੈ। ਇਹ ਜਿਹੜਾ ਐਕਸਿਸ ਦਾ ਡਿਸਟੈਂਸ, ਦਿਸ ਇਜ਼ ਮੰਨ ਲਓ ਏ ਆ, ਇਹ ਬੀ ਆ, ਸੀ, ਇਹਨਾਂ ਵਿਚਲੇ ਐਂਗਲ ਹੋਏਗੀ ਅਲਫਾ, ਬੀਟਾ, ਗਾਮਾ। ਸੋ ਇਹ ਐਂਗਲ ਦੀ ਵੇਰੀਏਸ਼ਨ, ਇਹ ਐਂਗਲ ਕਿੱਦਾਂ ਦੇ ਹੋਣਗੇ, ਮੰਨ ਲਓ ਮੈਂ ਡਿਸਟੈਂਸ ਘਟਾ ਦਿੰਦੀ ਹਾਂ, ਵਧਾ ਦਿੰਦੀ ਹਾਂ, ਐਂਗਲ ਚੇਂਜ ਕਰ ਦਿੰਦੀ, ਓਬਵੀਅਸਲੀ ਸਟਰਕਚਰ ਚੇਂਜ ਹੋਏਗੀ ਨਾ। ਸੋ ਉਹਦੇ ਅਕੋਰਡਿੰਗ ਐਕਸੀਅਲ ਡਿਸਟੈਂਸ ਬਦਲਣ ਤੇ, ਐਕਸੀਅਲ ਐਂਗਲ ਬਦਲਣ ਤੇ, ਜਿਹੜਾ ਸਿਸਟਮ ਉਹਦਾ ਨਾਮ ਕੀ, ਅਲੱਗ ਅਲੱਗ ਤਰ੍ਹਾਂ ਦੇ ਸਾਡੇ ਕੋਲ ਸੱਤ ਸਿਸਟਮ ਜਿਹੜੇ ਉੱਥੇ ਦੇਖਣ ਨੂੰ ਮਿਲੇ ਆ। ਇਹ ਚੋ ਕੁਸ਼ਚਨ ਮਾਸਟਰ ਕੇਡਰ ਚ ਬਣਿਆ ਹੋਇਆ, ਬਣਦਾ ਵੀ ਆ, ਠੀਕ ਹੈ। ਸੋ ਇੰਪੋਰਟੈਂਟ ਆ। ਈਵਨ ਇਹ ਇੱਕ ਏਦਾਂ ਦਾ ਟੋਪਿਕ ਆ ਜਿਹਦੇ ਵਿੱਚੋਂ ਕੁਸ਼ਚਨ ਜਿਹੜਾ ਫਿਜ਼ਿਕਸ ਵੀ ਬਣਿਆ ਹੋਇਆ, ਬਿਕੋਜ਼ ਸੋਲਿਡ ਸਟੇਟ ਫਿਜ਼ਿਕਸ ਦੇ ਵਿੱਚ ਵੀ ਹੈਗਾ, ਉੱਥੇ ਵੀ ਇਹ ਕੁਸ਼ਚਨ ਆਇਆ। ਸੋ ਇੱਥੇ ਤੁਹਾਨੂੰ ਡਬਲ ਬੈਨੀਫਿਟ ਹੋ ਜਾਣਾ ਆ, ਤੁਹਾਨੂੰ ਇਹਦੇ ਨਾਲ ਹੀ ਕੰਸੈਪਟ ਕੈਮਿਸਟਰੀ ਐਜ਼ ਵੈਲ ਐਜ਼ ਫਿਜ਼ਿਕਸ ਦੋਨਾਂ ਦੇ ਵਿੱਚ ਹੋ ਜਾਣਾ। ਹੁਣ ਇਹਨੂੰ ਯਾਦ ਕਰਨਾ, ਦੈਟ ਲੁਕਸ ਵੈਰੀ ਡਿਫੀਕਲਟ, ਬਟ ਆਈ ਹੈਵ ਦਾ ਟ੍ਰਿਕ ਫੋਰ ਯੂ। ਇੱਕ ਟ੍ਰਿਕ ਨਾ ਕਰਾਂਗੇ, ਮੈਂ ਤੁਹਾਨੂੰ ਆਲਰੇਡੀ ਦੱਸਦੀ ਹਾਂ ਅੱਗੇ ਵੀ ਕਿ ਹਾਊ ਇਜ਼ ਅਵਰ ਮਾਇੰਡ ਵਰਕ, ਟਰਾਈ ਟੂ ਕ੍ਰੀਏਟ ਦਾ ਇਮੇਜਿਸ, ਠੀਕ ਹੈ, ਕੋਈ ਸਟੋਰੀ, ਲਾਈਕ ਵੇ ਨੂੰ ਚੇਂਜ ਕਰਨਾ ਹੈਗਾ, ਠੀਕ ਆ। ਆਪਾਂ ਇਸ ਚੀਜ਼ ਨੂੰ ਇੱਕ ਟ੍ਰਿਕ ਦੇ ਰਾਹੀਂ ਕਰਾਂਗੇ, ਵੈਰੀ ਈਜ਼ੀ, ਬਹੁਤ ਈਜ਼ੀਲੀ ਹੋ ਜਾਏਗਾ। ਲੈਟਸ ਸੀ, ਠੀਕ ਹੈ। ਮੇਰੇ ਕੋਲ ਹੈਗੇ ਨੇ ਸੱਤ ਤਰ੍ਹਾਂ ਦੇ ਕ੍ਰਿਸਟਲ ਸਿਸਟਮ, ਕਿਊਬਿਕ, ਟੈਟਰਾਗਨਲ, ਆਰਥੋਰੋਮਬਿਕ, ਮੋਨੋਕਲੀਨਿਕ, ਹੈਕਸਾਗਨਲ, ਰੋਮਬੋਹੈਡਰਲ ਐਂਡ ਟ੍ਰਾਈ ਕਲੀਨਿਕ, ਓਕੇ। ਜਿਹਨਾਂ ਨੂੰ ਇਹ ਨਾਮ ਸੁਣੇ ਹੋਏ ਆ, ਦੈਟਸ ਗੁੱਡ। ਜਿਹਨਾਂ ਨਹੀਂ ਵੀ ਸੁਣੇ ਹੋਏ, ਡੋਂਟ ਵਰੀ, ਪੇਪਰ ਸਾਡਾ ਓਬਜੈਕਟਿਵ ਟਾਈਪ ਹੈਗਾ ਆ, ਠੀਕ ਹੈ, ਸਟਕ ਕਰ ਜਾਏਗਾ ਮਾਇੰਡ ਚ। ਤੁਸੀਂ ਟ੍ਰਿਕ ਕੀ ਯਾਦ ਰੱਖਣੀ ਆ, ਸੀ ਟੋਮ ਐਚ ਆਰ ਟੀ। ਹੁਣ ਦੇਖੋ ਕਿੱਦਾਂ ਦਾ ਮਤਲਬ, ਸੀ ਟੋਮ, ਤੁਸੀਂ ਮੇਰੇ ਕਹਿੰਦੇ ਸੀ ਟੋਮ ਹਰਟ, ਹਰਟ ਯਾਦ ਕਰਨਾ ਤੁਸੀਂ ਐਚ ਆਰ ਟੀ। ਦੇਖੋ ਜੇ ਮੈਂ ਕਿਸੇ ਨੂੰ ਉਦਾਂ ਹਰਟ, ਕਿਸੇ ਨੂੰ ਨਹੀਂ ਆਉਂਦੀ ਪ੍ਰੋਨਾਂਸੀ, ਮਤਲਬ ਬਿਲਕੁਲ ਸਪੈਲਿੰਗ ਨਹੀਂ ਆਉਂਦੀ, ਹਰਟ ਲਿਖਣਾ ਹੋਵੇ ਕਿੱਦਾਂ ਲਿਖੇਗਾ, ਐਚ ਆਰ ਟੀ ਲਿਖੇਗਾ, ਹਰਟ, 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 ਠੀਕ ਹੈ। ਸੋ ਹਰਟ ਉਹਨੇ ਲਿਖ ਦਿੱਤਾ। ਤੁਸੀਂ ਇਮੇਜ ਕੀ ਬਣਾਈ, ਟੋਮ, ਟੋਮ ਕਿਸੇ ਬੰਦੇ ਦਾ ਨਾਮ ਆ, ਅਸੀਂ ਉਹਨੂੰ ਬੋਲਦੇ ਸੀ ਟੋਮ ਹਰਟ, ਮਤਲਬ ਸੀ, ਦੇਖ ਟੋਮ ਤੂੰ ਮੈਨੂੰ ਹਰਟ ਕੀਤਾ, ਠੀਕ ਹੈ। ਸੋ ਉਹਨੂੰ ਨਹੀਂ ਚੰਗੀ ਤਰ੍ਹਾਂ ਇੰਗਲਿਸ਼ ਨੂੰ ਕਿੱਦਾਂ ਬੋਲੇਗਾ, ਸੀ ਟੋਮ ਹਰਟ, ਠੀਕ ਹੈ, ਸੀ ਟੋਮ ਹਰਟ। ਤਿੰਨ ਚਾਰ ਵਾਰੀ ਇਦਾਂ ਯਾਦ ਕਰਨਾ, ਸੀ ਸੀ ਟੋਮ ਹਰਟ, ਇਹਨੂੰ ਚਾਰ ਪੰਜ ਵਾਰੀ ਬੋਲ ਲਓ, ਲਿਖ ਲਓ। ਮੈਂ ਤੁਹਾਨੂੰ ਤਾਂ ਦੱਸਦੀ, 15 ਵਾਰੀ ਕਿਸੇ ਚੀਜ਼ ਨੂੰ ਬੋਲ ਦੋ ਨਾ, ਭੁੱਲਦੀ ਨਹੀਂ ਹੋਵੇਗੀ। 15 ਵਾਰੀ ਤੁਸੀਂ ਇਹ ਬੋਲ ਲੋਗੇ ਨਾ, ਸੀ ਟੋਮ ਹਰਟ, ਉਦੇ ਨੀ ਭੁੱਲੇਗਾ, ਨਹੀਂ ਤਾਂ ਦਿਮਾਗ ਚ ਇਮੇਜ ਕ੍ਰੀਏਟ ਕਰ ਲਓ। ਤੁਸੀਂ ਕਹਿ ਰਹੇ ਹੋ ਸੀ, ਉਹਨੂੰ ਬੋਲ ਰਹੇ ਹੋ ਸੀ ਟੋਮ ਹਰਟ, ਕਿ ਸੀ ਦੇਖ ਟੋਮ ਹਰਟ ਕੀਤਾ ਤੂੰ ਮੈਨੂੰ, ਠੀਕ ਹੈ, ਸੀ ਟੋਮ ਹਰਟ, ਸੀ ਟੋਮ ਹਰਟ, ਸੀ ਟੋਮ ਹਰਟ, ਅਲਫਾਬੈਟਿਕਲੀ ਯਾਦ ਕਰ ਲਿਆ।
ਹੁਣ ਐਕਸਲ ਡਿਸਟੈਂਸ ਕੀ ਸੀ ਏ ਬੀ ਸੀ ਦੇਖੋ ਇਹਨੂੰ ਕਿੱਦਾਂ ਯਾਦ ਕਰਨਾ ਸਭ ਤੋਂ ਪਹਿਲਾਂ ਇਹ ਹੋ ਗਿਆ ਸੀ ਫੋਰ ਕਿਊਬਿਕ ਇਹ ਹੋ ਜਾਣਗੇ ਠੀਕ ਆ ਹਾਂਜੀ ਇੱਕ ਇੱਥੇ ਗੱਲ ਹੋਰ ਸੁਣੋ ਇੱਥੇ ਹੈਗਾ ਟੈਟਰਾਗਨਲ ਇੱਥੇ ਹੈਗਾ ਟ੍ਰਾਈਕਲਿੰਗ ਅਲਫਾਬੈਟਿਕਲੀ ਪਹਿਲਾਂ ਈ ਆਉਂਦਾ ਫਿਰ ਈ ਆ ਆਉਂਦਾ ਨਾ ਠੀਕ ਆ ਸੋ ਇੱਥੋਂ ਵੀ ਤੁਹਾਨੂੰ ਇਹ ਕੋਈ ਕਨਫਿਊਜ਼ਨ ਇੱਕ ਆਹੀ ਰਿਪੀਟ ਹੋਇਆ ਬਾਕੀ ਤਾਂ ਸਾਰੇ ਡਿਫਰੈਂਟ ਹੈ ਠੀਕ ਹੈ ਕਲੀਅਰ ਐਕਸੀਅਲ ਡਿਸਟੈਂਸ ਬਹੁਤ ਈਜ਼ੀ ਹੈ ਦੇਖੋ ਪਹਿਲਾਂ ਸਾਰੇ ਕੀ ਹੋ ਗਏ ਬਰਾਬਰ ਹੋ ਗਏ ਪਹਿਲਾਂ ਸਾਰੇ ਕੀ ਆ ਬਰਾਬਰ ਫਿਰ ਪਿੱਛੋਂ ਇੱਕ ਨਹੀਂ ਬਰਾਬਰ ਫਿਰ ਦੋਨੇ ਨਹੀਂ ਬਰਾਬਰ ਕਲੀਅਰ ਦੇਖੋ ਕਿੰਨਾ ਈਜ਼ੀ ਲਿਖਣਾ ਇੱਕ ਵਾਰੀ ਮੈਂ ਰਿਪੀਟ ਵੀ ਕਰਾਂ ਨਹੀਂ ਪਹਿਲਾਂ ਮੈਂ ਕੀਤਾ ਤਿੰਨੋਂ ਹੀ ਮੇਰੇ ਕੀ ਆ ਬਰਾਬਰ ਫਿਰ ਮੈਂ ਕਿਹਾ ਲਾਸਟ ਵਾਲਾ ਜਿਹੜਾ ਆ ਮੈਂ ਪਹਿਲਾਂ ਤਿੰਨੋਂ ਹੀ ਲਿਖਤੇ ਬਰਾਬਰ ਚਲੋ ਪਹਿਲਾਂ ਤਿੰਨੋਂ ਹੀ ਬਰਾਬਰ ਫਿਰ ਪਿੱਛੋਂ ਇੱਕ ਨਹੀਂ ਬਰਾਬਰ ਫਿਰ ਦੋਨੋਂ ਨਹੀਂ ਬਰਾਬਰ ਪਿੱਛੋਂ ਸ਼ੁਰੂ ਕਰ ਲਿਆ ਇੱਥੇ ਨੋਟ ਇਕੁਅਲ ਟੂ ਪਾਤਾ ਫਿਰ ਦੋਨੇ ਨੋਟ ਇਕੁਅਲ ਹੁਣ ਰਿਪੀਟ ਕਰਨਾ ਸ਼ੁਰੂ ਕਰ ਦੇਣਾ ਇੱਥੋਂ ਰਿਪੀਟ ਕਰਨਾ ਇਹ ਚੀਜ਼ ਫਿਰ ਆ ਗਈ ਏ ਨੋਟ ਇਕੁਅਲ ਟੂ ਬੀ ਨੋਟ ਇਕੁਅਲ ਟੂ ਸੀ ਫਿਰ ਉਸ ਤੋਂ ਬਾਅਦ ਆ ਵਾਲੀ ਚੀਜ਼ ਰਿਪੀਟ ਹੋ ਜਾਏਗੀ ਦੇਖੋ ਇਹ ਰਿਪੀਟ ਹੋ ਗਈ ਫਿਰ ਉਸ ਤੋਂ ਬਾਅਦ ਕਿਹੜੀ ਰਿਪੀਟ ਹੋਏਗੀ ਇਹ ਵਾਲੀ ਇੱਥੇ ਤੱਕ ਦੇਖੋ ਕਿੰਨਾ ਈਜ਼ੀ ਸੀਗਾ ਪਹਿਲਾਂ ਸਾਰੇ ਬਰਾਬਰ ਫਿਰ ਪਿੱਛੋਂ ਨੋਟ ਇਕੁਅਲ ਟੂ ਫਿਰ ਦੋਨਾਂ ਦੇ ਨੋਟ ਇਕੁਅਲ ਟੂ ਫਿਰ ਇੱਥੋਂ ਸ਼ੁਰੂ ਹੋਏ ਇਹ ਰਿਪੀਟ ਫਿਰ ਇਹ ਰਿਪੀਟ ਫਿਰ ਇਹ ਰਿਪੀਟ ਤੇ ਕਿੱਥੋਂ ਰਿਪੀਟ ਕਰਨਾ ਸ਼ੁਰੂ ਕੀਤਾ ਸੀ ਇਹਨੂੰ ਫਿਰ ਅਸੀਂ ਇੱਥੋਂ ਰਿਪੀਟ ਕਰਨਾ ਸ਼ੁਰੂ ਕਰ ਦੇਵਾਂਗੇ ਦੈਟ ਇਜ਼ ਵੈਰੀ ਈਜ਼ੀ 2 ਮਿੰਟ ਲੱਗਣੇ ਇਹਨੂੰ ਬਣਨ ਨੂੰ ਠੀਕ ਹੈ ਸੋ ਬਹੁਤ ਈਜ਼ੀ ਹੋ ਗਿਆ ਸਾਡੇ ਲਈ ਠੀਕ ਹੈ ਨੋਟ ਇਕੁਅਲ ਟੂ ਬੀ ਨੋਟ ਇਕੁਅਲ ਟੂ ਸੀ ਅਗੇਨ ਦੇਖ ਲਓ ਪਹਿਲਾਂ ਤਿੰਨੋਂ ਹੀ ਲਿਖੇ ਮੈਂ ਬਰਾਬਰ ਫਿਰ ਪਿੱਛੋਂ ਨੋਟ ਇਕੁਅਲ ਟੂ ਫਿਰ ਦੋਨੋਂ ਹੀ ਨੋਟ ਇਕੁਅਲ ਟੂ ਫਿਰ ਇਹਨੂੰ ਰਿਪੀਟ ਕੀਤਾ ਇਦਾਂ ਹੀ ਰਿਪੀਟ ਜੋ ਸੇਮ ਆਰਡਰ ਚ ਅਸੀਂ ਉਹਨਾਂ ਨੂੰ ਕੀ ਕਰ ਦਿੱਤਾ ਰਿਪੀਟ ਕਰ ਦਿੱਤਾ ਐਕਸਲ ਐਂਗਲ ਦੇਖਦੇ ਹਾਂ ਲੈਟਸ ਸੀ ਪਹਿਲਾਂ ਕਿੰਨੇ ਐਂਗਲ ਆ ਮੇਰੇ ਕੋਲ ਤਿੰਨ ਪਹਿਲਾਂ ਮੈਂ ਤਿੰਨੋਂ ਹੀ ਐਂਗਲ ਕੀ ਕਰ ਦਿੱਤੇ ਤਿੰਨੇ ਵਾਰੀ 90-90 ਦੇ ਕਰਦੇ ਤਿੰਨੋਂ ਹੀ ਐਂਗਲ ਤਿੰਨੇ ਵਾਰੀ 90-90 ਦੇ ਕਰਦੇ ਅਲਫਾ ਇਕੁਅਲ ਟੂ ਬੀਟਾ ਤਿੰਨੋਂ ਹੀ ਬਰਾਬਰ ਆ 90 ਦੇ ਤਿੰਨੋਂ ਵਾਰੀ ਕਿਉਂਕਿ ਤਿੰਨ ਐਂਗਲ ਆ ਦਿਮਾਗ ਚ ਨਾ ਤਿੰਨ ਐਂਗਲ ਆ ਤਿੰਨੋਂ ਵਾਰੀ ਉਹ ਕੀ ਹੋ ਗਏ 90-90 ਦੇ ਕਿਉਂਕਿ ਉਹ ਪਹਿਲਾਂ ਕਹਿੰਦਾ ਮੇਰੀ ਬਾਰੀ ਮੈਂ ਵੀ ਸਾਰਿਆਂ ਨਾਲ 90 ਦਾ ਹੋਣਾ ਸਾਰਿਆਂ ਦਾ ਹੋ ਗਿਆ ਤਿੰਨ ਵਾਰੀ ਹੁਣ ਫਿਰ ਅਗੇਨ ਹੁਣ ਕੀ ਹੋਇਆ ਦੇਖਿਓ ਧਿਆਨ ਨਾਲ ਸੁਣਿਓ ਇੱਕ ਵਾਰੀ ਅਲਫਾ ਗਾਮਾ ਦੇ ਬਰਾਬਰ ਹੋਇਆ ਇੱਕ ਵਾਰੀ ਅਲਫਾ ਬੀਟਾ ਹੁਣ ਆਪਾਂ ਕਿੱਦਾਂ ਯਾਦ ਰੱਖਾਂਗੇ ਉੱਥੇ ਵੀ ਪਹਿਲਾਂ ਮੈਂ ਅਲਫਾ ਨੂੰ ਗਾਮਾ ਦੇ ਬਰਾਬਰ ਰੱਖਣਾ ਕਿ ਬੀਟਾ ਦੇ ਰੱਖਣਾ ਸੀ ਅਕੋਰਡਿੰਗ ਟੂ ਟ੍ਰਿਕ ਜਿਹੜੀ ਮੈਂ ਟ੍ਰਿਕ ਬਣਾਈ ਉਹਦੇ ਅਕੋਰਡਿੰਗ ਦੇਖੋ ਅਲਫਾ ਗਾਮਾ ਅਲੱਗ ਅ ਤੋਂ ਅਲਫਾ ਜੀ ਤੋਂ ਗਾਮਾ ਅਲੱਗ ਤੁਸੀਂ ਕਰੋਗੇ ਅਲੱਗ ਜੇ ਇਹਨੂੰ ਏ ਤੋਂ ਅਲਫਾ ਬੀ ਤੋਂ ਬੀਟਾ ਇਹ ਕੀ ਆਏਗਾ ਅਲੱਗ ਸੋ ਸਹੀ ਵਰਡ ਕੀ ਬਣਦਾ ਅਲੱਗ ਪਹਿਲਾਂ ਆਪਾਂ ਸਹੀ ਵਰਡ ਬੋਲਦੇ ਹਾਂ ਲਾਈਕ ਮੈਂ ਕਿਸੇ ਨੂੰ ਕਵਾਂ ਕਿ ਤੂੰ ਇਹਦੇ ਬਿਲਕੁਲ ਇੱਕ ਇੱਦਾਂ ਦਾ ਵਰਡ ਬਣਾਉਣਾ ਨਾਲ ਦਾ ਮਿਲਦਾ ਜੁਲਦਾ ਪਹਿਲਾਂ ਤੁਹਾਨੂੰ ਮੈਂ ਸਹੀ ਵਰਡ ਬੋਲੂੰਗੀ ਅਲੱਗ ਸੋ ਪਹਿਲਾਂ ਸਹੀ ਆਏਗਾ ਅਲੱਗ ਗਾਮਾ ਫਿਰ ਆਏਗਾ ਅਲੱਬ ਫਿਰ ਮਤਲਬ ਓਬਵੀਅਸਲੀ ਦੂਸਰਾ ਕੀ ਬਚ ਗਿਆ ਉਹਨਾਂ ਬੀਟਾ ਹੀ ਬਚ ਗਿਆ ਠੀਕ ਆ ਜੀ ਅਲਫਾ ਇਕੁਅਲ ਟੂ ਗਾਮਾ ਹੋ ਗਿਆ ਬਚ ਕੀ ਗਿਆ ਬੀਟਾ ਠੀਕ ਆ ਪਹਿਲਾਂ ਤੁਹਾਡਾ ਬੀਟਾ ਕੀ ਹੋਏਗਾ ਦੇਖੋ ਸਾਰੇ 90 ਦੇ ਹੋ ਗਏ ਹੁਣ ਕਹਿੰਦੇ ਆਪਾਂ 90 ਦੇ ਨਹੀਂ ਹੋਣਾ ਬਚਿਆ ਕਿ ਬੀਟਾ ਕਹਿੰਦਾ ਮੈਂ 90 ਦਾ ਨਹੀਂ ਹੋਣਾ ਠੀਕ ਆ ਜੇ 90 ਦਾ ਨਹੀਂ ਹੋਣਾ ਤੇ ਫਿਰ ਕਿੰਨੇ ਦਾ ਹੋਣਾ ਅਗਲੇ ਚ ਕੀ ਆ ਗਿਆ ਗਾਮਾ ਬਚ ਗਿਆ ਸੀ ਉਹ ਕਹਿੰਦਾ ਮੈਂ 120 ਦਾ ਹੋਣਾ ਤੁਸੀਂ ਇੱਦਾਂ ਹੀ ਯਾਦ ਰੱਖਣਾ ਇਹਨੂੰ ਪਹਿਲਾਂ ਸਾਰੇ ਤਿੰਨ ਐਂਗਲ ਤਿੰਨੋਂ ਵਾਰੀ ਕਿੰਨੇ ਦੋਗੇ 90 ਦੇ ਫਿਰ ਇਹ ਹੁਣ ਤਿੰਨ ਬਰਾਬਰ ਹੋਏ ਸੀ ਹੁਣ ਕਿਸੇ ਦੋ ਨੇ ਬਰਾਬਰ ਹੋਣਾ ਪਹਿਲਾਂ ਕੀ ਬਣਦਾ ਅਲੱਗ ਅਲੱਗ ਦੇ ਅਲਫਾ ਗਾਮਾ ਦੇ ਬਰਾਬਰ ਹੋ ਗਿਆ ਫਿਰ ਬੀਟਾ ਫਿਰ ਅਲਫਾ ਗਾਮਾ ਅੱਗੇ ਬੀਟਾ ਰਹਿ ਗਿਆ ਸੀ ਮੈਂ ਕਹਿੰਦਾ ਮੈਂ ਤਿੰਨ ਵਾਰੀ 90 ਦਾ ਹੋ ਗਿਆ ਹੁਣ ਮੈਂ 90 ਦਾ ਨਹੀਂ ਹੋਣਾ ਤੇ ਓਬਵੀਅਸਲੀ ਫਿਰ ਮੈਂ ਕਹਿੰਦਾ 90 ਦਾ ਨਹੀਂ ਹੋਣਾ ਤੇ ਹੁਣ ਮੈਂ ਕਿੰਨਾ ਹੋਊਗਾ 120 ਵੈਸੇ ਵੀ ਹੈਕਸਾਗਨਲ ਚ 120 ਹੀ ਹੁੰਦਾ ਉਦਾਂ ਵੀ ਯਾਦ ਹੋਣਾ ਚਾਹੀਦਾ ਤੁਹਾਨੂੰ ਠੀਕ ਆ ਹੁਣ ਹੋ ਗਿਆ ਦੋ ਜਾਣੇ ਹੋ ਗਏ ਪਹਿਲਾਂ ਤਿੰਨੋਂ ਤਿੰਨ ਵਾਰੀ ਬਰਾਬਰ ਫਿਰ ਦੋ ਜਾਣੇ ਦੋ ਵਾਰੀ ਬਰਾਬਰ ਹੁਣ ਕਹਿੰਦੇ ਆਪਾਂ ਤਿੰਨੋਂ ਨੇ ਨਹੀਂ ਬਰਾਬਰ ਹੋਣਾ 90 ਦੇ ਦੇਖੋ ਪਹਿਲਾਂ ਤਾਂ ਤਿੰਨੋਂ ਤਿੰਨ ਵਾਰੀ 90 ਦੇ ਹੋ ਗਏ ਹਨਾ ਫਿਰ ਕਹਿੰਦੇ ਦੋ ਵਾਰੀ ਆਪਾਂ ਆ ਦੋ ਜਾਣੇ ਬਰਾਬਰ ਹੁਣ ਤਿੰਨ ਵਾਰੀ ਤਿੰਨੋਂ ਹੀ ਤਿੰਨੋਂ ਆਪਸ ਚ ਬਰਾਬਰ ਹੈਗੇ ਆ ਬਟ ਤਿੰਨੋਂ 90 ਦੇ ਨਹੀਂ ਹੈਗੇ ਤਿੰਨੋਂ ਆਪਸ ਚ ਬਰਾਬਰ ਹੈਗੇ ਹੱਦ ਤੱਕ ਯੂਨਿਟੀ ਬਚੀ ਆ ਬਟ ਕਹਿੰਦੇ ਬਹੁਤ ਹੋ ਗਿਆ 90-90 ਹੁਣ ਆਪਾਂ 90 ਦੇ ਤਿੰਨੋਂ ਨੇ ਨਹੀਂ ਹੋਣਾ ਠੀਕ ਆ ਲਾਸਟ ਤੇ ਕਹਿੰਦੇ ਆਪਾਂ ਤਿੰਨਾਂ ਨੇ ਹੁਣ ਲਾਸਟ ਤੇ ਕੀ ਹੋਇਆ ਸਾਰੇ ਅਲੱਗ ਅਲੱਗ ਹੋ ਜਾਂਦੇ ਆ ਸਾਰੀ ਅਲਫਾ ਕਹਿੰਦਾ ਮੈਂ ਅਲੱਗ ਬੀਟਾ ਮੈਂ ਕਿਸੇ ਦੇ ਬਰਾਬਰ ਨਾ ਅਸੀਂ 90 ਦੇ ਹੋਣਾ ਨਾ ਅਸੀਂ ਬਰਾਬਰ ਹਨਾ ਇੱਦਾਂ ਯਾਦ ਕਰੋਗੇ ਭੁੱਲੇਗਾ ਨਹੀਂ ਕੁਸ਼ਚਨ ਪੇਪਰ ਚ ਕਿੱਦਾਂ ਫਰੇਮ ਹੁੰਦਾ ਹੁਣ ਦੇਖ ਲਓ ਕੁਸ਼ਚਨ ਪੇਪਰ ਚੋਂ ਤਾਂ ਨਹੀਂ ਦੇਗਾ ਕਿ ਇੱਕ ਲੈਟਿਸ ਹੈ ਉਹਦੇ ਐਕਸੀਅਲ ਡਿਸਟੈਂਸ ਜਿਹੜੀਆਂ ਸਾਈਡਸ ਆ ਉਹ ਸਾਰੀਆਂ ਬਰਾਬਰ ਹੈਗੀਆਂ ਨੇ ਤੇ ਐਂਗਲ ਤਿੰਨੋਂ ਕਿੰਨੇ ਦੇ ਆ 90 ਦੇ ਉਹ ਇੱਦਾਂ ਪੁੱਛੇਗਾ ਤੇ ਦੱਸੂਗਾ ਕ੍ਰਿਸਟਲ ਸਿਸਟਮ ਦਾ ਨਾਮ ਆਇਆ ਹੋਇਆ ਇਹ ਤੁਹਾਡਾ ਕੰਮ ਆ ਤੁਸੀਂ ਪੇਪਰ ਚੱਕਣਾ ਪੇਪਰ ਚੱਕ ਕੇ ਦੇਖਣਾ ਇਹ ਕੁਸ਼ਚਨ ਕਿੱਥੇ ਆਇਆ ਫਿਜ਼ਿਕਸ 'ਚ ਵੀ ਲੱਭਿਓ ਕੈਮਿਸਟਰੀ 'ਚ ਵੀ ਠੀਕ ਹੈ ਜਦੋਂ ਮੈਂ ਟੈਸਟ ਲਵਾਂਗੀ ਮੈਂ ਤਾਂ ਤੁਹਾਨੂੰ ਦੱਸ ਹੀ ਦੇਵਾਂਗੀ ਇਹ ਕੁਸ਼ਚਨ ਬਟ ਯੂ ਆਲਸੋ ਟਰਾਈ ਟੂ ਫਾਈਂਡ ਨਹੀਂ ਕੁਸ਼ਚਨ ਹੈਗੇ ਯੂਟਿਊਬ ਤੇ ਜਾਓ ਤੁਹਾਨੂੰ ਕੁਸ਼ਚਨ ਪੇਪਰਸ ਮਿਲ ਜਾਣਗੇ ਠੀਕ ਆ ਉਹਨਾਂ ਨੂੰ ਸਰਚ ਕਰੋ ਸਕਰੀਨਸ਼ਾਟ ਲੈ ਕੇ ਰੱਖ ਲਓ ਕੁਸ਼ਚਨ ਲੱਭੋ ਟਰਾਈ ਟੂ ਫਾਈਂਡ ਕਿ ਕਿੱਦਾਂ ਆਇਆ ਕੁਸ਼ਚਨ ਕੁਸ਼ਚਨ ਕਿੱਦਾਂ ਆਏਗਾ ਬੋਲੇਗਾ ਐਕਸੀਅਲ ਡਿਸਟੈਂਸ ਜਾਂ ਦੇਗਾ ਕ੍ਰਿਸਟਲ ਸਿਸਟਮ ਉਹ ਲਿਖੇਗਾ ਏ ਨੋਟ ਇਕੁਅਲ ਟੂ ਬੀ ਨੋਟ ਇਕੁਅਲ ਟੂ ਸੀ ਐਂਡ ਅਲਫਾ ਇਕੁਅਲ ਟੂ ਗਾਮਾ ਬੀਟਾ ਇਕੁਅਲ ਟੂ ਬੀਟਾ ਨੋਟ ਇਕੁਅਲ ਟੂ 90 ਦੈਨ ਵਟ ਇਜ਼ ਦਾ ਤੁਹਾਨੂੰ ਆਹ ਵਾਲੀ ਟ੍ਰਿਕ ਨੂੰ ਇੱਕ ਵਾਰੀ ਬੈਠ ਕੇ ਲਿਖ ਕੇ ਦੇਖ ਲਓ ਇੰਨੀ ਈਜ਼ੀ ਆ ਆਰਾਮ ਨਾਲ ਯਾਦ ਹੋਏਗਾ ਉੱਦਾਂ ਯਾਦ ਕਰਨਾ ਹੋਵੇ ਨਾ ਭੁੱਲ ਜਾਏਗਾ ਬਟ ਜੇ ਇਸ ਵੇ ਨਾਲ ਯਾਦ ਕਰੋਗੇ ਨਾ ਬਹੁਤ ਈਜ਼ੀ ਕਿ ਸੀ ਟਰਮ ਤੁਮਨੇ ਮੇਰੇ ਹਰਟ ਕੀਆ ਸੀ ਟਰਮ ਹਰਟ ਹਰਟ ਫਿਰ ਕੀ ਆ ਤਿੰਨੋਂ ਹੀ ਬਰਾਬਰ ਪਿੱਛੋਂ ਨੋਟ ਬਰਾਬਰ ਫਿਰ ਨਹੀਂ ਇਕੁਅਲ ਟੂ ਇਹ ਰਿਪੀਟ ਕਰ ਦਿੱਤਾ ਤਾਂ ਉਦੋਂ ਯਾਦ ਹੋ ਗਿਆ ਤਿੰਨ
ਕਹਿੰਦੇ ਜੀ ਬਹੁਤ 90 90 90 ਦੇ ਇਕਵਲ ਟੂ ਨੀ ਹੋਣਾ ਸੀ 120 ਦੇ ਹੋਣਾ ਦੋਵਾਂ ਦੀ ਕਹਾਣੀ ਖਤਮ ਤਿੰਨੋ ਹੀ ਆ ਗਏ ਕਹਿੰਦੇ ਅਸੀਂ ਚਲੋ ਬਰਾਬਰ ਰਹਿਣਾ ਨੇ ਪਰ ਅਸੀਂ 90 ਨੀ ਹੋਣਾ ਤਿੰਨੋ ਚ ਕਹਿੰਦੇ ਨਾ ਅਸੀਂ ਬਰਾਬਰ ਰਹਿਣਾ 90 ਰਹਿਣਾ ਦਿਸ ਇਜ਼ ਅ ਟ੍ਰਿਕ ਠੀਕ ਹੈ ਸੋ ਚੀਜ਼ਾਂ ਨੂੰ ਕਰਨ ਦਾ ਤਰੀਕਾ ਆ ਇਹ ਟੇਬਲ ਬਹੁਤ ਆਸਾਨੀ ਨਾਲ ਸਾਨੂੰ ਯਾਦ ਹੋ ਗਿਆ ਮੈਂ ਤੁਹਾਨੂੰ ਵੀ ਕਹਿੰਦੀ ਹਾਂ ਵੈਨ ਐਵਰ ਯੂ ਟਰਾਈ ਟੂ ਡੂ ਸਮਥਿੰਗ ਨਿਊ ਚੇਂਜ ਦਾ ਵੇ ਉਹਨਾਂ ਨੂੰ ਅਲੱਗ ਤਰੀਕੇ ਨਾਲ ਕਰੋ ਚੀਜ਼ਾਂ ਯਾਦ ਰਹਿ ਜਾਣਗੀਆਂ ਕੋਈ ਨੀ ਕਿੰਨਾ ਚਿਰ ਹੋ ਗਿਆ ਸਾਡਾ ਕੈਮਿਸਟਰੀ ਛੱਡੀ ਨੂੰ ਕੋਈ ਗੱਲ ਨੀ ਹੋ ਜਾਣਗੀਆਂ ਠੀਕ ਹੈ ਹੋ ਗਿਆ ਟਾਈਮ ਸਭ ਨੂੰ ਟਾਈਮ ਬਹੁਤ ਸਾਰੇ ਆ ਜਿਹਨਾਂ ਨੂੰ ਟਾਈਮ ਹੋ ਗਿਆ ਅਸੀਂ ਵੀ ਨਾਲ ਆ ਠੀਕ ਹੈ ਬਟ ਉਹਨਾਂ ਚੀਜ਼ਾਂ ਨੂੰ ਕਰਨ ਦਾ ਤਰੀਕਾ ਜਿਹੜੇ ਜਿਹਨਾਂ ਦੀ ਆਊਟ ਆਫ ਟੱਚ ਆ ਲਾਈਕ ਮੇਰਾ ਕੈਮਿਸਟਰੀ ਦੇ ਵਿੱਚ ਟੱਚ ਹੈ ਮਤਲਬ ਕਿ ਹੈ ਸੋ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਪ੍ਰੋਬਲਮ ਨਹੀਂ ਆਣੀ ਬਟ ਜਿਹੜੇ ਬਹੁਤ ਸਾਰੇ ਆਊਟ ਆਫ ਟੱਚ ਹੈਗੇ ਨੇ ਉਹਨਾਂ ਨੂੰ ਮੈਂ ਸਪੈਸ਼ਲੀ ਸੁਜੈਸ਼ਨ ਕਰਦੀ ਹਾਂ ਕਿ ਡੋਂਟ ਮਤਲਬ ਕਿ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਹਾਨੂੰ ਇਹ ਸਮਝ ਨਹੀਂ ਆਏਗੀ ਸਮਝ ਆ ਜਾਣਗੀਆਂ ਚੀਜ਼ਾਂ ਕਿਉਂਕਿ ਅਸੀਂ ਕਦੀ ਨਾ ਕਦੀ ਕੀਤੀਆਂ ਸੀ ਨਾ ਸੋ ਕੋਈ ਪ੍ਰੋਬਲਮ ਨਹੀਂ ਆਣੀ ਹੈਗੀ ਯਸ ਤੁਸੀਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ ਮੈਂ ਤੁਹਾਨੂੰ ਪ੍ਰੋਪਰਲੀ ਪ੍ਰੋਵਾਈਡ ਕਰੂੰਗੀ ਲਾਈਕ ਹੁਣ ਮੈਂ ਸੋਲੀਸਟੇਟ ਲੈ ਕੇ ਚੱਲੀ ਹਾਂ ਸੋਲੀਸਟੇਟ ਦਾ ਜਿੰਨਾ ਇੰਪੋਰਟੈਂਟ ਹੋਊਗਾ ਨਾ ਮੈਂ ਤੁਹਾਨੂੰ ਸਾਰਾ ਕਰਵਾ ਦੇਣਾ ਯੂ ਡੋਂਟ ਵਰੀ ਤੁਸੀਂ ਬਸ ਇਹਨੂੰ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ ਜਿੱਦਾਂ ਮੈਂ ਕਰਾ ਰਹੀ ਉੱਦਾਂ ਕਰਨ ਦੀ ਕੋਸ਼ਿਸ਼ ਕਰੋ ਮੈਂ ਤੁਹਾਨੂੰ ਨਾਲ ਕੁਸ਼ਚਨ ਵੀ ਦਿਖਾਵਾਂਗੀ ਕਿ ਕੁਸ਼ਚਨ ਆਏ ਕਿੱਦਾਂ ਹੈ ਠੀਕ ਹੈ ਹੁਣ ਪਰ ਤੁਹਾਡਾ ਕੰਮ ਪਹਿਲਾਂ ਆ ਤੁਸੀਂ ਇਹ ਕਰਕੇ ਕੁਸ਼ਚਨ ਫਾਇੰਡ ਆਊਟ ਕਰਨਾ ਆਪ ਵੀ ਕੋਸ਼ਿਸ਼ ਕਰਨੀ ਹੈ ਠੀਕ ਹੈ ਸੋ ਇਹਨੂੰ ਚੰਗੀ ਤਰ੍ਹਾਂ ਟ੍ਰਿਕ ਨੂੰ ਕਰ ਲਓ ਇੱਕ ਵਾਰੀ ਲਿਖ ਕੇ ਦੇਖ ਲਓ ਨੋਟਸ ਨਾਲ ਪ੍ਰਿਪੇਅਰ ਕਰੋ ਹੋ ਜਾਣਾ ਆ ਡੋਂਟ ਵਰੀ ਠੀਕ ਹੈ ਸੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਵੀ ਜ਼ਰੂਰ ਕਰਿਆ ਕਰੋ ਠੀਕ ਹੈ ਐਂਡ ਆਲਸੋ ਸਬਸਕ੍ਰਾਈਬ ਮਾਈ ਚੈਨਲ ਇਫ ਕੋਈ ਨੀਡੀ ਹੈਗਾ ਉਹਦੇ ਨਾਲ ਸ਼ੇਅਰ ਵੀ ਕਰੋ ਥੈਂਕਸ ਫਾਰ ਵਾਚਿੰਗ ਦ ਵੀਡੀਓ